ਕੁਰਾਲੀ ਦੇ ਨੇੜਲੇ ਪਿੰਡ ਬਹਿਰਾਮਪੁਰ ਦੇ ਪੰਜਾਬ ਨੈਸ਼ਨਲ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਜਿਮੀਦਾਰਾ ਵਿਖੇ ਸਕੂਲ ਦਾ ਆਰਟ ਬੀਟ ਇਨਾਮ ਵੰਡ ਸਮਾਰੋਹ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਵਿੱਚ ਅਰਜੁਨ ਅਵਾਰਡੀ ਵਿਰਾਣਾ ਲਖਵਿੰਦਰ ਸਿੰਘ ਕੰਗ ਬਤੌਰ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ। ਉਹਨਾਂ ਨਾਲ ਇਸ ਮੌਕੇ ਜੈਲਦਾਰ ਸਤਵਿੰਦਰ ਸਿੰਘ ਦੈੜੀਆ, AK ਕੌਂਸਲ ਪਰਮੀਲਾ ਸਹਿਗਲ ਹਾਜ਼ਰ ਸਨ। ਇਹਨਾਂ ਦਾ ਸਕੂਲ ਵਿੱਚ ਪੁੱਜਣ 'ਤੇ ਸਕੂਲ ਦੇ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਵੀ ਕੀਤਾ ਗਿਆ। ਸਮਾਗਮ ਦਾ ਸ਼ੁਭ ਆਰੰਭ ਸ਼ਬਦ ਗਾਇਨ ਦੇ ਨਾਲ ਕੀਤਾ ਗਿਆ। ਇਸ ਉਪਰੰਤ ਬੱਚਿਆਂ ਵੱਲੋਂ ਨੁੱਕੜ ਨਾਟਕ, ਗਿੱਧਾ, ਭੰਗੜਾ, ਡਾਂਸ ਅਤੇ ਕੁਦਰਤੀ ਵਾਤਾਵਰਣ ਦੀ ਸੰਭਾਲ ਲਈ ਕਈ ਸੱਭਿਆਚਾਰਿਕ ਐਟਮਾਂ ਪੇਸ਼ ਕੀਤੀਆਂ ਅਤੇ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਆਪਣੇ ਭਾਸ਼ਣ ਵਿੱਚ ਸਕੂਲ ਦੀ ਕਾਰਗੁਜ਼ਾਰੀ ਦੇ ਨਾਲ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਸੁੰਦਰ ਸੱਭਿਆਚਾਰ ਪ੍ਰੋਗਰਾਮ ਦੀ ਦਿਲੋਂ ਸ਼ਲਾਘਾ ਵੀ ਕੀਤੀ ਗਈ ਅਤੇ ਉਹਨਾਂ ਨੇ ਇਸ ਮੌਕੇ ਖੇਡਾਂ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਦਾ ਮਾਣ ਵਧਾਉਂਦੇ ਹੋਏ ਉਹਨਾਂ ਨੂੰ ਭਵਿੱਖ ਲਈ ਖਾਸ ਸ਼ੁਭਨਾਵਾਂ ਦਿੱਤੀਆਂ। ਇਸ ਮੌਕੇ ਖੇਡਾਂ ਵਿੱਚ ਵੱਖ ਵੱਖ ਮੁਕਾਬਲਿਆਂ ਵਿੱਚ ਅਵਲ ਰਹਿਣ ਵਾਲੇ ਖਿਡਾਰੀਆਂ ਦਾ ਹੌਸਲਾ ਅਫਜ਼ਾਈ ਕਰਨ ਲਈ ਸੁੰਦਰ ਟਰਾਫੀਆਂ ਅਤੇ ਸਰਟੀਫਿਕੇਟ ਵੀ ਵੰਡੇ ਗਏ। ਐਕਚੁਅਲੀ ਜਿਹੜਾ ਅੱਜ ਫੰਕਸ਼ਨ ਕਰਵਾਇਆ ਗਿਆ ਹੈ ਇਹਦਾ ਨਾਮ ਹੈ ਆਰਟ ਬੀਟ। ਇਹਦੇ ਵਿੱਚ ਇਕੱਲਾ ਆਰਟ ਆਪਾਂ ਸਿਰਫ ਰਿਲੇਟ ਕਰੀਏ ਜੇ ਐਕਟੀਵਿਟੀਜ਼ ਦੇ ਆਰਟ ਐਂਡ ਕਰਾਫਟ ਦੇ ਨਾਲ, ਉਹ ਵਾਲਾ ਆਰਟ ਬੀਟ ਨਹੀਂ ਹੈ ਇਹ। ਇਸਦੇ ਵਿੱਚ ਸਾਰੇ ਤਰ੍ਹਾਂ ਦਾ ਟੈਲੈਂਟ ਬੱਚਿਆਂ ਦਾ ਨਿਖਰ ਕੇ ਸਾਹਮਣੇ ਆਇਆ, ਜਿਸ ਤਰ੍ਹਾਂ ਕਿ ਕਿਸੇ ਦਾ ਕਵਿਤਾ ਗਾਇਨ ਮਤਲਬ ਟੈਲੈਂਟ ਹੈ ਉਹ ਨਿਖਰ ਕੇ ਸਾਹਮਣੇ ਆਇਆ। ਪਲੇ ਕਰਨ ਦੇ ਵਿੱਚ ਕਿੱਦਾਂ ਨੇ ਬੱਚੇ ਉਹਦਾ ਮਤਲਬ ਨਾਟਕ ਕਿੱਦਾਂ ਪਲੇ ਕਰਦੇ ਨੇ, ਡਾਂਸ ਕਿੱਦਾਂ ਕਰਦੇ ਨੇ, ਉਹਨਾਂ ਦੀ ਸਪੀਕਿੰਗ ਕੀ ਹੈ, ਉਹਨਾਂ ਦੇ ਐਕਸ਼ਨਸ ਕੀ ਨੇ, ਇਹ ਮਤਲਬ ਟੋਟਲੀ ਉਹਦੇ ਵਿੱਚ ਇਸ ਆਰਟ ਬੀਟ ਦੇ ਵਿੱਚ ਅੱਜ ਦੇ ਫੰਕਸ਼ਨ ਦੇ ਵਿੱਚ ਸਾਰੀਆਂ ਆਈਟਮਸ ਨੂੰ ਮਤਲਬ ਪ੍ਰੈਫਰੈਂਸ ਦਿੱਤੀ ਗਈ ਹੈ। ਫਾਦਰ, ਮਦਰ, ਇਨਵਾਇਰਮੈਂਟ, ਮਤਲਬ ਟੋਟਲ ਇਟ ਵਾਜ਼ ਦਾ ਬਲੈਂਡ ਆਫ ਲਾਈਕ ਡਿਫਰੈਂਟ ਟਾਈਪ ਆਫ ਐਕਟੀਵਿਟੀਜ਼, ਜਿਹਦੇ ਵਿੱਚ ਹਰ ਇੱਕ ਚੀਜ਼ ਨੂੰ ਕਵਰ ਕੀਤਾ ਗਿਆ ਹੈ, ਇਨਵਾਇਰਮੈਂਟ ਤੋਂ ਲੈ ਕੇ ਫੈਮਿਲੀ ਨੂੰ ਲੈ ਕੇ, ਕਲਚਰ ਨੂੰ ਲੈ ਕੇ, ਐਵਰੀਥਿੰਗ ਵਾਜ਼ ਦਾ ਪਾਰਟ ਆਫ ਦਿਸ ਫੰਕਸ਼ਨ। ਐਂਡ ਮੈਂ ਚਾਹੁੰਦੀ ਹਾਂ ਕਿ ਇੱਦਾਂ ਦੇ ਫੰਕਸ਼ਨ ਜਿਹੜੇ ਹੈਗੇ ਨੇ ਇਹ ਹੁਣ ਬੱਚਿਆਂ ਵਾਸਤੇ ਮੈਸੇਜ ਇਹ ਹੈ ਕਿ ਬੇਟੇ ਪੜ੍ਹਾਈ ਦੇ ਨਾਲ ਗੇਮ ਵੀ ਜ਼ਰੂਰ ਰੱਖੋ ਔਰ ਆਪਣੇ ਮਾਂ ਪਿਓ ਤੋਂ ਵੱਧ ਕੇ ਟੀਚਰ ਸਾਹਿਬਾਨ ਦੀ ਇੱਜ਼ਤ ਕਰੋ, ਜਿਹੜੇ ਤੁਹਾਨੂੰ ਤੁਹਾਡੀ ਜ਼ਿੰਦਗੀ 'ਚ ਤੁਹਾਡੇ ਅਸੂਲਾਂ ਪ੍ਰਤੀ ਤੁਹਾਨੂੰ ਵਧੀਆ ਜਿਉਣ ਦਾ ਢੰਗ ਸਿਖਾਉਂਦੇ ਨੇ। ਔਰ ਮੇਰਾ ਇਹੀ ਮੈਸੇਜ ਹੈ ਕਿ ਆਪ ਤੋਂ ਵੱਡਿਆਂ ਦੀ ਇੱਜ਼ਤ ਕਰੋ। ਖਰੜ ਤੋਂ ਡੇਵਿਡ ਵਰਮਾ, GV ਪੰਜਾਬ TV।